ਮੈਂ ਹੋਈ ਪਾਪਾ ਦੀ ਜੇਬ 'ਚ ਜਿੰਨੇ ਪੈਸੇ ਸੀ ਪਾਪਾ ਨੇ ਸਾਰੇ ਨਰਸਾਂ ਨੂੰ ਵੰਡ ਦਿੱਤੇ ਕਿ ਮੇਰੇ ਘਰੇ ਕੁੜੀ ਹੋਈ ਆ। ਡਾਕਟਰ ਨੇ ਕਿਹਾ ਕਿ ਇਹ ਅਲਾਊਡ ਨਹੀਂ ਆ, ਵੀ ਤੁਸੀਂ ਇੱਦਾਂ ਨਾ ਕਰੋ। ਕਹਿੰਦੇ ਵੀ ਮੇਰੀ ਖੁਸ਼ੀ ਆ ਵੀ ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ। ਜਿੰਨੇ ਪੈਸੇ ਸਾਰਿਆਂ 'ਚ ਵੰਡ, ਹੋਰ ਬੇਟੀ ਹੋਈ ਇੱਦਾਂ ਨਾਲ ਦੇ ਵਾਰਡ 'ਚ। ਉਹਦੇ ਪਾਪਾ ਨੇ ਘਰੇ ਜਾ ਕੇ ਵੀ ਆਪਣੇ ਸਾਰੇ ਗੁਰੂਆਂ ਦੀਆਂ ਫੋਟੋਆਂ ਤੋੜਤੀਆਂ, ਉੱਥੇ ਹੋਸਪਿਟਲ 'ਚ ਦੰਗਾ ਕਰਿਆ, ਆਪਣੀ ਵਾਈਫ ਨੂੰ ਇੰਨਾ ਬੋਲਿਆ ਕਿ ਤੂੰ ਕੁੜੀ ਕਿਉਂ ਹੋ। ਪਾਪਾ ਔਲਵੇਜ਼ ਇੱਕੋ ਚੀਜ਼ ਕਹਿੰਦੇ ਕਿ ਆਪਦਾ ਬੈਕਗਰਾਉਂਡ ਨਹੀਂ ਭੁੱਲੀਦਾ। ਮੈਂ ਅੱਜ ਵੀ ਉਹੀ ਬਲਕਾਰਨ ਖੇਲਾਂ, ਮੈਂ ਸਟੇਜ 'ਤੇ 2 ਘੰਟੇ ਸਿਰਫ ਸਿੰਗਰ ਹਾਂ। ਕਿਉਂ ਸਾਡਾ ਜਿਹੜਾ ਸਮਾਜ ਆ ਇਹਦੇ ਵਿੱਚ ਧੀ ਨੂੰ ਇਸ ਨਜ਼ਰ ਦੇ ਨਾਲ ਵੇਖਿਆ ਜਾਂਦਾ ਵੀ ਜਿਵੇਂ ਇੱਕ ਹੋ ਗਿਆ ਫਿਰ 2 ਹੋ ਗਈ, ਜੇ ਕਿਤੇ 3 ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਉਹ ਸਮਾਜ 'ਚ ਜਿਉਣਾ ਹੀ ਦੁੱਭਰ ਕਰ ਦਿੰਦੇ ਆ। ਜੀ, ਬਟ ਨਹੀਂ, ਮੇਰੀ ਫੈਮਿਲੀ 'ਚ ਮੈਂ ਸ਼ੁਰੂ ਤੋਂ ਜੋ ਦੇਖਿਆ ਜਾਂ ਸੁਣਿਆ, ਮੈਨੂੰ ਰਿਸ਼ਤੇਦਾਰ ਵੀ ਦੱਸਦੇ ਨੇ ਜਾਂ ਜਿਹੜੇ ਹੋਸਪਿਟਲ 'ਚ ਮੈਂ ਹੋਈ ਸੀ ਉਹ ਹੋਸਪਿਟਲ 'ਚ ਵੀ ਤੁਸੀਂ ਸੋਚੋ ਮੇਰੇ ਮੋਮ ਡੈਡ ਦਾ ਨਾਮ ਨਹੀਂ ਚੱਲਦਾ, ਉਹ ਕਹਿੰਦੇ ਕਿ ਸੰਗੀਤ ਦੇ ਪੇਰੈਂਟਸ ਆਏ ਆ। ਅੱਛਾ। ਐਂਡ ਜਦੋਂ ਮੈਂ ਹੋਈ ਪਾਪਾ ਮੈਨੂੰ ਜਿੱਦਾਂ ਦਾਦੀ ਦੱਸਦੇ ਆ, ਮਾਸੀ ਉਰੇ ਦੱਸਦੇ ਆ ਕਿ ਜਦੋਂ ਮੈਂ ਹੋਈ ਪਾਪਾ ਦੀ ਜੇਬ 'ਚ ਜਿੰਨੇ ਪੈਸੇ ਸੀ ਪਾਪਾ ਨੇ ਸਾਰੇ ਨਰਸਾਂ ਨੂੰ ਵੰਡ ਦਿੱਤੇ ਕਿ ਮੇਰੇ ਘਰੇ ਕੁੜੀ ਹੋਈ ਆ, ਤੇ ਡਾਕਟਰ ਨੇ ਕਿਹਾ ਕਿ ਇਹ ਅਲਾਊਡ ਨਹੀਂ ਆ ਵੀ ਤੁਸੀਂ ਇੱਦਾਂ ਨਾ ਕਰੋ। ਕਹਿੰਦੇ ਵੀ ਮੇਰੀ ਖੁਸ਼ੀ ਆ ਵੀ ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ। ਜਿੰਨੇ ਪੈਸੇ ਸਾਰਿਆਂ 'ਚ ਵੰਡਤੇ, ਸਾਰੇ ਸਟਾਫ ਨੂੰ ਵੰਡਤੇ, ਤੇ ਨਾਲ ਹੀ ਇੱਕ ਹੋਰ ਬੇਟੀ ਹੋਈ ਇੱਦਾਂ ਹੀ ਨਾਲ ਦੇ ਵਾਰਡ 'ਚ, ਤੇ ਉਹਨਾਂ ਨੇ ਉਹਦੇ ਪਾਪਾ ਨੇ ਘਰੇ ਜਾ ਕੇ ਵੀ ਆਪਣੇ ਸਾਰੇ ਗੁਰੂਆਂ ਦੀਆਂ ਫੋਟੋਆਂ ਤੋੜਤੀਆਂ, ਉੱਥੇ ਹੋਸਪਿਟਲ 'ਚ ਦੰਗਾ ਕਰਿਆ, ਆਪਣੀ ਵਾਈਫ ਨੂੰ ਇੰਨਾ ਬੋਲਿਆ ਕਿ ਤੂੰ ਕੁੜੀ ਕਿਉਂ ਹੋ ਗਈ। ਫਿਰ ਡਾਕਟਰ ਨੇ ਇੱਕ ਗੱਲ ਕਹੀ ਕਿ ਤੂੰ ਇਸ ਇਨਸਾਨ ਵੱਲ ਦੇਖ, ਉਹਦੇ ਘਰੇ ਵੀ ਕੁੜੀ ਹੋਈ ਆ। ਉਹਨੇ ਸਾਰੇ ਹੋਸਪਿਟਲ ਨੂੰ ਖੁਸ਼ੀਆਂ ਵੰਡਤੀਆਂ, ਆਪਣੇ ਪੈਸੇ ਦੇ ਤੇ ਜਿੰਨੇ ਜੇਬ 'ਚ ਸੀ, ਤੇ ਮੈਂ ਮੰਮਾ ਦੱਸਦੇ ਕਿ ਹਜੇ ਤੂੰ ਹੋਈ ਸੀ ਤੇ ਤੇਰੇ ਪਾਪਾ ਢੇਰ ਲੈ ਕੇ ਆ ਗਏ ਟੋਇਜ਼ ਦਾ। ਕਹਿੰਦੇ ਵੀ ਇਹਨੇ ਤਾਂ ਅਜੇ ਕਿਹੜਾ ਖੇਡਣਾ, ਕਹਿੰਦੇ ਬਸ ਮੈਨੂੰ ਚਾਹੀਏ ਨਾ। ਕਿ ਉਹਨਾਂ ਨੇ ਸ਼ੁਰੂ ਤੋਂ ਮੈਨੂੰ ਫੀਲ ਹੀ ਨਹੀਂ ਹੁੰਦੇ ਤਾਂ ਕਿ ਮੈਂ ਕੁੜੀਆਂ, ਮੈਂ ਆਲਵੇਜ਼ ਮੁੰਡਿਆਂ ਵਾਂਗੂ ਪਿਆਰ ਮਿਲਿਆ, ਆਲਵੇਜ਼ ਮੁੰਡਿਆਂ ਵਾਂਗੂ ਮੈਂ ਰਹੀ ਹਾਂ। ਐਂਡ ਡਾਕਟਰ ਨੇ ਕਹਿ ਕੇ ਕਿਹਾ ਕਿ ਤੁਸੀਂ ਇਹਨੂੰ ਕੁੜੀ ਵਾਂਗੂ ਟ੍ਰੀਟ ਕਰਿਆ ਕਰੋ, ਕਿਉਂਕਿ ਉਹਨੂੰ ਕੱਲ੍ਹ ਨੂੰ ਪਤਾ ਨਹੀਂ ਲੱਗਣਾ ਕਿ ਮੈਂ ਮੁੰਡਾ ਨਹੀਂ ਹਾਂ ਵੀ ਮੈਂ ਕੁੜੀ ਹਾਂ। ਇਹ ਗੀਤੂ ਕੀ ਕਰਦਾ, ਗੀਤੂ ਇੱਦਾਂ ਉੱਦਾਂ, ਹੁਣ ਥੋੜ੍ਹਾ ਕਰਨ ਲੱਗ ਗਿਆ ਕਿ ਗੀਤੂ ਐਂ ਕਰਦੀ ਆ ਜੋ ਕਰਦੀ ਆ। ਅੱਛਾ, ਨਹੀਂ ਚਲੋ ਜਿਵੇਂ ਹੁੰਦਾ ਵੀ ਚਲੋ ਲਾਡਲਾ ਰੱਖਿਆ ਤੁਹਾਨੂੰ ਪਾਲਿਆ, ਹਨਾ, ਪਰ ਉਸ ਚੀਜ਼ ਦਾ ਮਨ ਦੇ ਵਿੱਚ ਹੁੰਦਾ ਵੀ ਬਾਪੂ ਦੇ ਨਾਮ ਦਾ ਜਿਹੜਾ ਬਾਪੂ ਦੀ ਪੱਗ ਆ ਜਾਂ ਜਿਹੜੀ ਬਾਪੂ ਦੀ ਇੱਜ਼ਤ ਆ ਉਹਨੂੰ ਹੋਰ ਵੱਡਾ ਕਰਨਾ, ਕਿਉਂਕਿ ਕਈ ਵਾਰੀ ਜਿਹੜੇ ਕਲਾਕਾਰਾਂ ਦੇ ਜਵਾਕ ਹੁੰਦੇ ਆ ਮੈਂ ਉਹਨਾਂ ਨੂੰ ਵੇਖਦਾ ਵੀ ਉਹ ਪੁੱਠੇ ਸਿੱਧੇ ਕੰਮ ਵਾਲੇ ਕਰਨ ਲੱਗ ਪੈਂਦੇ ਆ, ਕੋਈ ਨਸ਼ੇ ਕਰਨ ਲੱਗ ਪੈਂਦਾ ਜਾਂ ਜਿਹੜੀ ਉਹਨਾਂ ਦੀ ਬੇਟੀ ਆ ਉਹ ਵੱਖਰੇ ਵੱਖਰੇ ਉਹਨਾਂ ਦੇ ਕੰਮ ਨੇ, ਤਾਂ ਫਿਰ ਇਹ ਮਨ ਦੇ ਵਿੱਚ ਕਿਵੇਂ ਰਹਿੰਦਾ ਵੀ ਬਾਪੂ ਆ ਜਿਹੜਾ ਸਾਡਾ ਜੇ ਉਹ ਅੱਜ 100% ਤੇ ਆ ਤਾਂ ਅਸੀਂ ਉਹਨੂੰ 150% ਤੇ ਸੂਈ ਕਰਨੀ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਜਦੋਂ ਪੇਰੈਂਟਸ ਧਿਆਨ ਨਹੀਂ ਨਾ ਦਿੰਦੇ ਬੱਚਿਆਂ 'ਤੇ ਉਸ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ, ਬਿਕੋਜ਼ ਉਹਨਾਂ ਨੂੰ ਇਹੋ ਜਾਂਦਾ ਕਿ ਸਾਡੇ ਘਰ ਪੇਰੈਂਟਸ ਪੁੱਛ ਰਹੇ ਆ, ਸਾਨੂੰ ਕੋਈ ਹੈ ਹੀ ਨਹੀਂ ਪੁੱਛਣ ਵਾਲਾ। ਇਹ ਆਲਵੇਜ਼ ਬਾਹਰ ਰਹਿੰਦੇ ਆ 2-2 ਮਹੀਨੇ, 3-3 ਮਹੀਨੇ, ਕਈ ਵਾਰ ਮਤਲਬ ਜਿੱਦਾਂ ਅਸੀਂ ਸੌ ਜਾਂਦੇ ਹਾਂ ਇਹ ਸੌਣ ਤੋਂ ਬਾਅਦ ਆਉਂਦੇ ਆ, ਉੱਠਣ ਤੋਂ ਪਹਿਲਾਂ ਚਲੇ ਜਾਂਦੇ ਆ। ਬਟ ਇਹ ਚੀਜ਼ ਆ ਕਿ ਸ਼ੁਰੂ ਤੋਂ ਉਹਨਾਂ ਨੇ ਘਰੇ ਇਹ ਮਾਹੌਲ ਰੱਖਿਆ ਕਿ ਅਸੀਂ ਨੋਰਮਲ ਫੈਮਿਲੀ ਹਾਂ, ਕਦੇ ਇਹ ਫੀਲ ਨਹੀਂ ਹੋਇਆ ਸਾਨੂੰ ਘਰੇ ਕਿ ਮੇਰੇ ਮੰਮ ਡੈਡ ਐਡੇ ਵੱਡੇ ਸਿੰਗਰ ਆ। ਐਂਡ ਪਾਪਾ ਆਲਵੇਜ਼ ਇੱਕੋ ਚੀਜ਼ ਕਹਿੰਦੇ ਕਿ ਆਪਦਾ ਬੈਕਗਰਾਉਂਡ ਨਹੀਂ ਭੁੱਲੀਦਾ। ਮੈਂ ਅੱਜ ਵੀ ਉਹੀ ਬਲਕਾਰਨ ਖੇਲਾਂ, ਮੈਂ ਸਟੇਜ 'ਤੇ 2 ਘੰਟੇ ਸਿਰਫ ਸਿੰਗਰ ਹਾਂ, ਉਸ ਤੋਂ ਬਾਅਦ ਨਹੀਂ। ਨਾ ਮੈਨੂੰ ਅਲਾਊਡ ਆ ਬਾਹਰ ਜਾਣਾ ਕਰੋ, ਨਾ ਮੇਰੇ ਬ੍ਰਦਰ ਨੂੰ ਅਲਾਊਡ ਆ। ਲਾਈਕ ਮੈਂ ਐਡੀ ਹੋ ਗਈ, ਮੈਂ ਅੱਜ ਤੱਕ ਆਪਣੇ ਨਾਨਕੇ ਦਾਦਕੇ ਵੀ ਮੋਮ ਡੈਡ ਤੋਂ ਬਿਨਾਂ ਰਾਤ ਨਹੀਂ ਰਹੀ। ਮੈਨੂੰ ਘਰੇ ਹਾਂ ਮੈਨੂੰ ਇਹ ਛੂਟ ਆ ਕਿ ਤੂੰ ਜੋ ਮਰਜ਼ੀ ਖਾ ਪੀ, ਜੋ ਮਰਜ਼ੀ ਪਾ, ਮੈਨੂੰ ਕਿਸੇ ਚੀਜ਼ ਤੋਂ ਰੋਕ ਟੋਕ ਨਹੀਂ ਹੈ। ਮੈਂ ਜਿੱਥੇ ਜਾਣਾ ਉਹ ਜਾਂਦੀ ਵੀ ਹਾਂ, ਬਟ ਆਲਵੇਜ਼ ਇੱਕ ਜਾਣਾ ਜਿਹੜਾ ਮੇਰੇ ਗਾਈਡੈਂਸ ਲਈ ਹੋਵੇ, ਇੱਕ ਜਣਾ ਆਲਵੇਜ਼ ਨਾਲ ਹੁੰਦਾ। ਸੋ ਮੇ ਬੀ ਤਾਂ ਕਰਕੇ ਵੀ ਮੈਨੂੰ ਇਹ ਧਿਆਨ ਜ਼ਿਆਦਾ ਰਹਿੰਦਾ ਕਿ ਉਹਨਾਂ ਦਾ ਨਾਮ ਇੰਨਾ ਜ਼ਿਆਦਾ ਕਿ ਮੇਰੀ ਇੰਨੀ ਕੁ ਵੀ ਚੀਜ਼ ਉਹਨਾਂ ਨੂੰ ਕੋਈ ਬੁਰੀ ਨਾ ਲੱਗ ਜੇ। ਮੈਨੂੰ ਆਲਵੇਜ਼ ਇਹ ਧਿਆਨ ਹੁੰਦਾ ਕਿ ਮੇਰਾ ਕੋਈ ਚੀਜ਼ ਇੱਦਾਂ ਦੀ ਵੀ ਨਾ ਕਰਾਂ ਕਿ ਪਾਪਾ ਨੂੰ ਟੈਨਸ਼ਨ ਹੋ ਜਾਏ ਜਾਂ ਕੁਛ ਵੀ। ਅੱਛਾ, ਜਿਵੇਂ ਬਹੁਤ ਆਰਟਿਸਟਾਂ ਦੇ ਮੈਂ ਬੱਚੇ ਵੇਖਦਾ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਬਹੁਤ ਹੁੰਦੀ ਹੈ ਕਿ ਯਾਰ ਮੈਨੂੰ ਇਕੱਲਾਪਣ ਬਹੁਤ ਆ। ਹਾਂਜੀ, ਵੀ ਕਈ ਵੱਡੇ ਵੱਡੇ ਆਰਟਿਸਟਾਂ ਦੇ ਮੁੰਡੇ ਉਹ ਨਸ਼ਾ ਕਰਨ ਲੱਗ ਪਏ ਜਾਂ ਹੋਰ ਸੰਗਤ ਦੇ ਵਿੱਚ ਪੈ ਗਏ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨੇ ਜਾਂ ਉਹਨਾਂ ਦੀ ਮਦਰ ਨੇ ਉਹਨਾਂ ਨੂੰ ਬਾਉਂਡ ਕਰਕੇ ਰੱਖਿਆ ਹੋਇਆ ਸੀ। ਫਿਰ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਝੂਠ ਬੋਲਿਆ?
ਝੂਠ ਨਹੀਂ, ਇੱਦਾਂ ਦਾ ਤਾਂ ਕੁਛ ਨਹੀਂ ਆਇਆ ਕਿ ਮੈਨੂੰ ਝੂਠ ਵੱਡਾ ਬੋਲਣਾ ਪਵੇ, ਛੋਟੇ ਮੋਟੇ ਤਾਂ ਚੱਲਦੇ ਹੀ ਆ ਹਨਾ, ਬਟ ਇੱਦਾਂ ਦਾ ਕੁਛ ਨਹੀਂ ਕਿ ਮੇਰਾ ਬਹੁਤ ਵੱਡਾ ਝੂਠ ਹੋਵੇ ਅਤੇ ਮੈਂ ਮਤਲਬ ਪੇਰੈਂਟਸ, ਮੈਂ ਆਲਵੇਜ਼, ਚਾਹੇ ਮੇਰੀ ਜ਼ਿੰਦਗੀ 'ਚ ਇੰਨੀ ਕੋਈ ਗਲਤ ਚੀਜ਼ ਆ ਚਾਹੇ ਸਹੀ ਚੀਜ਼ ਆ, ਮੈਂ ਆਲਵੇਜ਼ ਮੰਮਾ ਨਾਲ ਸ਼ੇਅਰ ਕਰਨੀ ਆ, ਐਂਡ ਉਹ ਸ਼ੇਅਰ ਕਰਕੇ ਮੈਨੂੰ ਇਹ ਲੱਗਦਾ ਕਿ ਮੇਰੇ ਰਿਲੀਫ ਹੋ ਗਿਆ, ਮੈਨੂੰ ਮੇਰੇ ਕੋਈ ਟੈਨਸ਼ਨ ਨਹੀਂ ਰਹੀ ਮਨ 'ਤੇ। ਮੈਂ ਆਲਵੇਜ਼ ਪਾਪਾ ਨਾਲ ਤਾਂ ਹਜੇ ਥੋੜਾ ਡਰ ਵੀ ਹੁੰਦਾ, ਪਿਆਰ ਬਹੁਤ ਕਰਦੇ ਆ ਪਾਪਾ, ਪਰ ਪਾਪਾ ਨਾਲ ਥੋੜਾ ਬੌਂਡ ਹੁੰਦਾ ਹਨਾ, ਬਟ ਮੰਮਾ ਨਾਲ ਮੈਂ ਆਲਵੇਜ਼ ਹਰ ਚੀਜ਼ ਸ਼ੇਅਰ ਕਰਨੀ ਆ ਰਾਤ ਨੂੰ, ਉਹ ਮੇਰੇ ਨਾਲ ਹੀ ਹੁੰਦੇ ਆ, ਮਤਲਬ ਸਾਡੇ 'ਚ ਹੈ ਕਿ ਸਾਰੀ ਫੈਮਿਲੀ ਨੇ ਇੱਕ ਟਾਈਮ ਇਕੱਠੇ ਬੈਠਣਾ ਹੀ ਬੈਠਣਾ।